जी बिस्मिल्लाह रहमान रहीम, उम्मीद करना कि सारे पैन परा ठीक हो सो, अल्लाह पाक ने हिफ्ज़ो ईमान विच हो सो। मैं उस्मान आजम तो सा तकीर अपना फैमिली यूट्यूब चैनल उस्मान आजम ऑफिशियल। जी जनाब, इस टाइम मौजूदा तहसील डडियाला माशाल्लाह बड़ा खूबसूरत एक पुराना ग्रां छतरो वाले मकाम पर आज जनाब अली ऐसा सोचा कि जनाब अली भैणा पुराने नजर करा छतरो ग्रां। तो आज जनाब छतरो असा आई गए तो जनाब अली मुख्तलिफ गलियां जूसा मलियां जूसा जनाब अली आज ने वीडियो मिस ना करें। आज ने वीडियो हमारे भैन भरा की लगसी बड़ी सोनी। जिन्हें भैन भरा हमारे चैनल की सब्सक्राइब नहीं किया जल्दी जल्दी सब्सक्राइब करो ताकि जड़ी भी असं नवी वीडियो ना बर वक्त मिली सको। आई जो जुले छतरो तो करो इंजॉय।
ਪੜਿਓ ਦੋਸਤੋ ਜਨਾਬ ਵੇਲੇ ਚਤਰੋੜ ਸਾਈਡ ਸਫ਼ਰ ਜਾਰੀ ਸੀ ਆਸਾਂ ਜਨਾਬ ਵੇਲੇ ਸਟਾਰਟ ਕੀਤਾ ਸਫ਼ਰ ਤਾਂ ਰਸਤੇ 'ਚ ਜਨਾਬ ਵੇਲੇ ਸਾਈ ਪੂਰਾ ਬਾਜ਼ਾਰ ਚਤਰੋ ਦੱਸਿਆ ਉਸ ਤੋਂ ਬਾਅਦ ਅਸਾਂ ਅੱਗੇ ਆਏ ਹਾਂ ਅਤੇ ਜਨਾਬ ਵੇਲੇ ਇੱਕ ਮੁਹੱਲਾ ਸੀ ਉਹ ਮੁਹੱਲਾ ਜਨਾਬ ਅਸਾਂ ਨਾਂ ਤਾਂ ਨਹੀਂ ਪਤਾ ਪਰ ਅਗਰ ਕੋਈ ਮੁਕਾਮੀ ਸਾਹਿਬ ਕੋਈ ਚਾਚਾ ਲੱਭਣੇ ਤਾਂ ਉਹਨਾਂ ਕੋਲ ਜਨਾਬ ਉਸ ਮੁਹੱਲੇ ਦਾ ਨਾਂ ਪੁੱਛਾਂ ਤਾਂ ਜਨਾਬ ਵੇਲੇ ਸਫ਼ਰ ਅਸਾਂ ਫਿਰ ਜਾਰੀ ਆ ਤਾਂ ਜਨਾਬ ਵੇਲੇ ਇਸ ਟਾਈਮ ਅਸਾਂ ਮੌਜੂਦ ਹਾਂ ਅਤੇ ਜਨਾਬ ਵੇਲੇ ਬਹੁਤ ਹੀ ਪੁਰਾਣੀ ਚਤਰੋਣੀ ਈਦਗਾਹ ਉਹ ਜਨਾਬ ਈਦਗਾਹ ਦੇ ਅੰਦਰ ਜੁੱਸਾਂ ਤਾਂ ਫਿਰ ਅੰਦਰੋਂ ਜੇ ਤੁਸੀਂ ਸਿਸਟਮ ਚੈੱਕ ਕਰਵਾ ਦੋਸਤੋ ਜਨਾਬ ਈਦਗਾਹ ਦੇ ਅੰਦਰ ਆਈ ਗਿਆ ਤਾਂ ਜਨਾਬ ਵੇਲੀ ਸੀ ਜੀ ਬਿਲਡਿੰਗ ਸਾਹਿਬ ਤੱਕ ਹੀ ਰਹੇ ਹੋ ਜਨਾਬ ਵੇਲੀ ਬਹੁਤ ਪੁਰਾਣੀ ਬਿਲਡਿੰਗ ਆ ਹੁਣ ਅਸਾਂ ਆਈਡੀਆ ਨਾ ਦੇ ਸਕਣੇ ਕਿ 50 ਸਾਲ 70 ਸਾਲ ਕਿੰਨਾ ਆਈਡੀਆ ਪਰ ਇਹ ਕਾਫੀ ਇਸਦੀ ਬਿਲਡਿੰਗ ਤੋਂ ਲੱਗੀ ਰਿਹਾ ਤਕਰੀਬਨ ਓਵਰ 50 ਈਅਰਸ ਹੈ ਹੀ ਹੈ ਤਾਂ ਜਨਾਬ ਵੇਲੀ ਇਸਦੇ ਅੰਦਰ ਵੀ ਜਨਾਬ ਵੇਲੀ ਅੰਦਰੀ ਸਾਈਡ ਉਸ ਵਾਂਗੀ ਨਜ਼ਰ ਆਏ ਅਸਾਂ ਮਿਰਾਬ ਆ ਜਿੱਥੇ ਜਨਾਬ ਵੇਲੀ ਮੌਲਾਨਾ ਸਾਹਿਬ ਖੜ੍ਹੇ ਤਾਂ ਖੁਤਬਾ ਵਗੈਰਾ ਈਦ ਨਾ ਹੋਣਾ ਤਾਂ ਜਾਂ ਸਫ਼ਾ ਵਗੈਰਾ ਲੱਗੀਆਂ ਹੋਈਆਂ ਅਤੇ ਜਨਾਬ ਵੇਲੇ ਸਾਰੇ ਨਮਾਜ਼ੀ ਖੜੀ ਅਤੇ ਜਨਾਬ ਈਦ ਸ਼ੀਰ ਪਾਉਂਦੇ ਅਤੇ ਜਨਾਬ ਵੇਲੇ ਇੱਕ ਪੁਰਾਣੀ ਯਾਦ ਹੋਏਗੀ ਜਨਾਬ ਚਤਰੋਣ ਸ਼ਾਇਦ ਇਹ ਹੁਣ ਆਬਾਦ ਹੈ ਜਾਂ ਨਹੀਂ ਆਬਾਦ ਇਸ ਦਾ ਕੋਈ ਆਈਡੀਆ ਨਹੀਂ ਤਾਂ ਜਨਾਬ ਵੇਲੀ ਜ਼ਾਹਰੀ ਗੱਲ ਹੈ ਬਿਲਡਿੰਗ ਪੁਰਾਣੀ ਲੱਗਣੀ ਪਈ ਹਾਲਾਤ ਤੋਂ ਲੱਗਣਾ ਪਿਆ ਕਿ ਗੈਰ ਆਬਾਦ ਹੈ ਸ਼ਾਇਦ ਇਹਨਾਂ ਕੋਈ ਨਵੀਂ ਈਦਗਾਹ ਬਣਾਈ ਵੈ ਐਸਾ ਕੋਈ ਤੁਸੀਂ ਕਿੰਨਾ ਬਚ ਸਕਣੇ ਤਾਂ ਪਰ ਇਸ ਬਿਲਡਿੰਗ ਦੇ ਲਿਹਾਜ਼ ਜਿਸ ਤਰ੍ਹਾਂ ਅਸਾਂ ਤੱਕਣੇ ਪਏ ਨਾ ਸ਼ਾਇਦ ਆਬਾਦ ਵੈ ਜਾਂ ਨਾ ਆਬਾਦ ਯਾਨੀ ਕਿ ਆਬਾਦ ਹੀ ਜਾਂ ਨਹੀਂ ਆਬਾਦ ਇਸ ਦਾ ਕੋਈ ਇਲਮ ਨਹੀਂ ਆਸਾਂ ਕੀ ਇਹ ਜਨਾਬ ਸੋ ਕਿ ਈਦਗਾਹ ਚੈੱਕ ਕਰਾਈ ਕਹਿੰਦੀ ਤਾਂ ਬਾਕੀ ਜਨਾਬ ਜਿਹੜੇ ਛਤਰਾਂ ਨੇ ਕੋਈ ਮੱਲੇ ਰਹਿਣੇ ਉਹ ਉਸੇ ਚੈੱਕ ਕਰਵਾਉਂਦੇ ਬੜੇ ਦੋਸਤੋ ਜਨਾਬ ਵੇਲੀ ਸਫ਼ਰ ਜਾਰੀ ਸਾਰਾ ਤਾਂ ਇਸ ਟਾਈਮ ਅਸਾਂ ਮੌਜੂਦ ਹਾਂ ਜਨਾਬ ਵੇਲੀ ਇਹ ਜਿਹੜਾ ਮੱਲਾ ਨਾ ਇਹ ਜਨਾਬ ਚੌਧਰੀ ਮਸੌਦ ਖਾਲਦ ਨਾ ਅਬਾਈ ਗਾਉਂ ਹੈ ਇਹ ਜਨਾਬ ਸਭ ਬੈਕ ਸਾਹਿਬ ਪਤਾ ਕਿਸ ਕਰਿਆ ਇਹ ਜਨਾਬ ਚੌਧਰੀ ਮਸੌਦ ਸਾਹਿਬ ਨਾਲ ਕਾਰ ਹੈ ਜ਼ਿਲਦਾਰ ਹਾਊਸ ਇਹ ਜਨਾਬ ਸਾਹਿਬ ਡਿਜ਼ਾਇਨਿੰਗ ਇਸ ਲਈ ਤੱਕ ਇਹ ਜਨਾਬ ਬਹੁਤ ਹੀ ਪੁਰਾਣਾ ਤਾਰੀਖੀ ਮਕਾਨ ਹੈ ਔਰ ਇਹ ਸਾਰਾ ਜਿਹੜਾ ਮਕਾਨ ਹੈ ਨਾ ਇਹ ਸਾਰਾ ਖਸਰੇ ਪੱਥਰ ਨਾਲ ਬਣਤਾ ਵਾ ਇਹ ਜਨਾਬ ਵੇਲੇ ਪੁਰਾਣੇ ਵਕਤਾਂ ਜਿਸ ਕੇ ਆਇਆ ਜਾਂਦੇ ਸੀ ਵਿਕਟੋਰੀਆ ਪੈਲਸ ਇੱਥੇ ਕਾਫੀ ਅੰਗਰੇਜ਼ ਵਗੈਰਾ ਵੇਚਣੇ ਜਿਹੜੇ ਸੀ ਜਿਹੜੇ ਚੌਧਰੀ ਮਸੌਦ ਸਾਹਿਬ ਦੇ ਵਾਲਦ ਉਹ ਜਨਾਬ ਪੂਰੇ ਉਸ ਟਾਈਮ ਜ਼ਿਲਦਾਰ ਹੋਣੇ ਸੀ ਯਾਨੀ ਕਿ ਜਿਹੜੇ ਬੜੇ ਨੰਬਰਦਾਰ ਟਾਈਪ ਇਸ ਤਰ੍ਹਾਂ ਉਹ ਬੰਦੇ ਹੋਣੇ ਸਨ ਤਾਂ ਜਨਾਬ ਵੇਲੇ ਸੋ ਕਿ ਪੂਰਾ ਮਹੱਲਾ ਚੈੱਕ ਰਹੀ ਰਿਹਾ ਤਾਂ ਇਸ ਸਾਈਡ ਅਗਰ ਅੱਛੋ ਨਾ ਫਰੋਮ ਦਿਸ ਵਿਲੇਜ 32 ਮੈਨ ਵੈਂਟ ਟੂ ਦਾ ਗ੍ਰੇਟ ਵੋਰ 1914-1919 ਆਫ ਦਿਸ 5 ਗੇਵ ਅਪ ਦੇ ਲਿਵਸ ਤਾਂ ਇਹ ਸਾਹਿਬ ਜਨਾਬ ਚੌਧਰੀ ਜ਼ਿਲਦਾਰ ਹਾਊਸ ਰਿਹਾ ਜਨਾਬ
ਜਨਾਬ ਜਿਹੜੇ ਆ ਮਜ਼ੀਦ ਸਾਂਗੇ ਮਹੱਲੇ ਚੈੱਕ ਕਰਵਾਉਣੇ ਆ।